ਖੱਕ ਲਵਾਂਗੇ ਏਕੇ ਨਾਲ ਲੋਡ ਪਈ ਤਾਂ ਚੁੱਤੀ ਨਾਲ ਇਹ ਵਿਅੰਗ ਮਿਨਿਸਟਰੀਅਲ ਸਟਾਫ ਹੜਤਾਲ ਵਿੱਚ ਬੈਠਾ ਸਰਕਾਰ ਤੇ ਕੱਸ ਰਿਹਾ ਹੈ ਹਾਲ ਹੀ ਵਿੱਚ ਬਠਿੰਡਾ ਵਿੱਚ ਮਿਨਿਸਟਰੀਅਲ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਮੰਗ ਕੀਤੀ ਕਿ ਸਾਡੀ ਰੁਕੀ ਹੋਈ ਤਨਖਾਹ ਜਲਦੀ ਤੋਂ ਜਲਦੀ ਦਿੱਤੀ ਜਾਵੇ ਦੱਸ ਜਾਈਏ ਕਿ ਇਹ ਧਰਨੇ ਦੇ ਵਿੱਚ ਪੀ ਡਬਲਯੂ ਡੀ ਦੇ ਤਿੰਨੇ ਵਿੰਗ ਪਬਲਿਕ ਹੈਲਥ ਬੀ ਐਂਡ ਆਰ ਤੇ ਇਰੀਗੇਸ਼ਨ ਦੇ ਮੁਲਾਜ਼ਮ ਸ਼ਾਮਿਲ ਹੋਏ ਇਸ ਧਰਨੇ ਬਾਰੇ ਕੇਵਲ ਬੰਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਨਾਂ ਕਿਸੇ ਠੋਸ ਕਾਰਨ ਤੋਂ ਤੇ ਬਿਨਾਂ ਕਿਸੇ ਚਿੱਠੀ ਪੱਤਰ ਤੋਂ ਉਹਨਾਂ ਦੀਆਂ ਤਨਖਾਹਾਂ ਬੰਦ ਕਰ ਦਿੱਤੀਆਂ ਗਈਆਂ ਨੇ ਹੋਰ ਕੀ ਕੁਝ ਕਿਹਾ ਕੇਵਲ ਬੰਸਲ ਨੇ ਆਉ ਸੁਣ ਲੈਣਿਆ ਮੈਂ ਕੇਵਲ ਬੰਸਲ ਜੀ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੇਟ ਮਿਨਿਸਟਰੀ ਸਰਵਿਸਿਜ਼ ਯੂਨੀਅਨ ਅੱਜ ਅਸੀਂ ਆਪਣੇ ਤਨਖਾਹਾਂ ਦੇ ਮੁੱਦੇ ਨੂੰ ਲੈ ਕੇ ਇੱਥੇ ਇਕੱਠੇ ਹੋਏ ਹਾਂ ਪੀ ਡਬਲਯੂ ਡੀ ਦੇ ਤਿੰਨੇ ਵਿੰਗ ਇਰੀਗੇਸ਼ਨ ਪਬਲਿਕ ਹੈਲਥ ਤੇ ਬੀਆਡਰ ਬਿਨਾ ਕਿਸੇ ਠੋਸ ਕਾਰਨ ਤੋਂ ਬਿਨਾ ਕਿਸੇ ਗੱਲਬਾਤ ਤੋਂ ਬਿਨਾ ਕਿਸੇ ਚਿੱਠੀ ਪੱਤਰ ਤੋਂ ਸਾਡੀਆਂ ਤਨਖਾਹਾਂ ਬੰਦ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਤਿੰਨਾ ਵਿੰਗਾ ਵੱਲੋਂ ਕੰਮ ਬੰਦ ਕਰਕੇ ਹੜਤਾਲ ਕੀਤੀ ਜਾ ਰਹੀ ਹੈ ਔਰ ਇਸ ਸਟੇਜ ਤੋਂ ਮੈਂ ਵਿੱਤ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਡੀਆਂ ਤਨਖਾਹਾਂ ਬੰਦ ਕਰਨ ਦਾ ਕਾਰਨ ਕੀ ਹੈ ਜਦੋਂ ਮੁਲਾਜ਼ਮ ਇੱਕ ਮਹੀਨਾ ਪੂਰਾ ਕੰਮ ਕਰਦਾ ਹੈ ਜੀ ਤੋੜ ਮਿਹਨਤ ਕਰਦਾਗਾ ਫਿਰ ਤਨਖਾਹ ਦਿਨਾਂ ਦੇ ਵਿੱਚ ਸਰਕਾਰ ਤਨਖਾਹਾਂ ਕਿਉਂ ਬੰਦ ਕਰਦੀ ਆ ਜੇ ਕੋਈ ਡਿਪਾਰਟਮੈਂਟਾਂ ਤੋਂ ਕੋਈ ਇਨਫੋਰਮੇਸ਼ਨ ਚਾਹੀਦੀ ਆ ਕੋਈ ਜਾਣਕਾਰੀ ਚਾਹੀਦੀ ਆ ਤਾਂ ਨੈਕਸਟ ਕੋਈ ਡੇਟ ਫਿਕਸ ਕਰੇ ਵੀ 15 ਤੀ 30 ਤੱਕ ਦਿਓ ਤਨਖਾਹਾਂ ਬੰਦ ਕਰਕੇ ਇਹਨਾਂ ਨੇ ਸਾਡਾ ਬਹੁਤ ਤੱਕਾ ਕੀਤਾ ਕਿਉਂਕਿ ਜਿਹੜੇ ਸਾਰੇ ਹੀ ਜਿਹੜੇ ਮਲਾਜ਼ਮ ਨੇ ਕਿਸੇ ਦਾ ਐਜੂਕੇਸ਼ਨ ਲੋਨ ਆ ਕਿਸੇ ਦਾ ਮਕਾਨ ਦਾ ਕਿਸੇ ਦਾ ਫੋਰ ਬਿਲ ਦਾ ਲੋਨ ਆ ਅੱਜ ਉਹ ਕਿਸ਼ਤਾਂ ਸਾਡੀਆਂ ਬਾਉਂਸ ਹੋ ਚੁੱਕੀਆਂ ਨੇ ਸਭ ਨੂੰ ਹੀ ਜਿਹੜਾ ਜਿਹੜਾ ਜੁਰਮਾਨਾ ਪੈ ਚੁੱਕਿਆ ਪਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕਦੀ ਮੀਡੀਆ ਰਾਹੀਂ ਪ੍ਰੈਸ ਰਾਹੀਂ ਇਸ ਮੰਚ ਤੋਂ ਅਸੀਂ ਸਮੂਹ ਮਲਾਜਮ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਯਾਤਾ ਸਾਨੂੰ ਠੋਸ ਕਾਰਨ ਦੱਸਿਆ ਜਾਵੇ ਕਿਉਂਕਿ ਸਾਡੇ ਘਰੋਂ ਦਾ ਅਸੀਂ ਕੋਈ ਚੀਜ਼ ਲੈ ਆਗੇ ਨਹੀਂ ਦੇਣੀ ਕੋਈ ਇਨਫੋਰਮੇਸ਼ਨ ਦੇਣੀ ਆ ਕੋਈ ਸੂਚਨਾ ਦੇਣੀ ਆ ਅਸੀਂ ਕਾਗਜ਼ਾਂ ਚੋਂ ਕੱਢ ਕੇ ਦੇਣੀ ਆ ਪਰ ਤਨਖਾਹਾਂ ਜਿਹੜਾ ਸਾਡਾ ਰਾਈਟ ਬਣਦਾ ਜਿਹਦੇ ਪਿੱਛੇ ਅਸੀਂ ਮਹੀਨਾ ਜੀ ਤੋੜ 9 ਤੋਂ 5 ਮਿਹਨਤ ਕਰਦੇ ਆ ਛੜੀਆਂ ਐਤਵਾਰ ਵੀ ਲਾਉਂਦੇ ਆ ਉਹ ਤਨਖਾਹਾਂ ਜਿਹੜੀਆਂ ਉਹ ਖੋਲ੍ਹਣੀਆਂ ਚਾਹੀਦੀਆਂ ਵਿੱਤ ਮੰਤਰੀ ਨੂੰ ਇਸ ਗੱਲ ਪਿੱਛੇ ਧਿਆਨ ਦੇਣਾ ਚਾਹੀਦਾ ਤਨਖਾਹ ਦਾ ਬਸ ਐਸੇ ਮਹੀਨੇ ਦੀ ਪੰਦਾ ਜੀ 9 ਤਰੀਕ ਹੋ ਗਈ ਆ ਜੀ ਹਾਂ ਜੀ ਦਰਨਾ ਜੀ ਸਾਨੂੰ ਪੰਜਾਬ ਦਾ ਜਿਹੜਾ ਸਾਂਝੀ ਐਕਸ਼ਨ ਕਮੇਟੀ ਦਾ ਮੈਸੇਜ ਆਇਆ ਅੱਜ ਅਸੀਂ 9 ਤਰੀਕ ਨੂੰ ਕੰਮ ਬੰਦ ਕੀਤਾ ਜਿਦੇ ਵਿੱਚ ਇੰਜੀਨੀਅਰ ਸਟਾਫ ਡਰਾਇੰਗ ਸਟਾਫ ਦਰਜਾ 4 ਸਟਾਫ ਕਲੈਰੀਕਲ ਸਟਾਫ ਜੇ ਸਰਕਾਰ ਨੇ ਅੱਜ ਵੀ ਕੋਈ ਗੱਲ ਨਾ ਸੁਣੀ ਕਿਉਂਕਿ ਸੈਕਟਰੀਏਟ ਚ ਸੁਖਚੈਨ ਖੇਹਰਾ ਵਰਗੇ ਸਾਡੇ ਕਮਿਸ਼ਨਰ ਉਹ ਗੱਲ ਕਰ ਰਹੇ ਨੇ ਜੇ ਅੱਜ ਵੀ ਸਰਕਾਰ ਨੇ ਕੋਈ ਗੱਲ ਨਾ ਸੁਣੀ ਤਾਂ ਦਰਨਾ ਅੱਗੇ ਜਾਊਗਾ ਬਿਊਰੋ ਰਿਪੋਰਟ ਰੰਗਲਾ ਟੀਵੀ